ਕੀਤਾ ਵਾ ਮਾੜਾ ਮੋਟਾ ਰਾਤ ਸਾਰੀਆਂ ਸੀਟਾਂ ਤਿਆਰ ਹੋ ਗਈਆਂ ਜਗ੍ਹਾ ਪੈਣ ਡੇ ਪਹੁੰਚ ਗਏ ਆ ਬਸ ਪਹੁੰਚ ਲੈ ਬਟਾਲੇ ਗਾਈਸ ਆਪਾਂ ਪਹੁੰਚ ਚੁੱਕੇ ਆ ਆ ਜੇ ਕੋਠੀ ਇੱਧਰ ਫਿਰ ਆਏ ਭਾਜੀ ਪਹੁੰਚ ਗਏ ਪਹਿਲੋਂ ਵਾਰ ਸਾੜੇ ਕਿੰਡਾ ਵੇ ਚਾਬੀ ਗਲਤ ਆ ਗਈ ਚਾਬੀ ਆਪਾਂ ਹੋਰ ਕੋਈ ਲਈ ਜਾਣ ਚਾਬੀ ਲੈਣ ਗਏ ਫਿਰ ਤੇ ਬਦਲ ਹੋ ਚੁੱਕਾ ਵਾ ਘੈਂਟ ਹੀ ਗੱਲਬਾਤ ਹੋਣੀ ਚਲੋ ਗਰਮੀ ਬੜੀ ਹੁਣ ਹਵਾ ਬੜੀ ਆਉਂਦੀ ਠੰਡੀ ਠੰਡੀ ਹਵਾ ਆਉਂਦੀ ਆ ਆਹ ਕੱਲ੍ਹ ਆਹ ਦਾਲ ਪਈ ਆ ਕੱਲ੍ਹ ਥੋੜ੍ਹੇ ਬੰਦੇ ਸੀ ਅਤੇ ਵਲੋਗ ਨਹੀਂ ਬਣਾ ਸਕਿਆ ਮੈਂ ਅਤੇ ਹੁਣ ਅੱਜ ਜ਼ਿਆਦਾ ਹੋਣੀ ਪੈਂਦੀ ਗੋਪੀ ਲੂੰਗੀ ਆ ਲੱਗਾ ਦਾ ਧੋਣ ਡੈਡੀ ਹੁਣੀ ਡੇ ਪੱਖਾ ਪੁੱਖਾ ਸਹੀ ਗੱਲ ਦੇ ਟੈਲਾਂ ਵਾਲੇ ਵੀ ਲੱਗੇ ਨਾਲ ਹੀ ਕੌਣ ਲੱਗੀ ਦੂਰ ਦੂਰ ਨਹੀਂ ਇਹ ਗੋਪੀ ਲੂੰਗੀ ਆ ਵੈ ਇੱਥੇ ਪੂਰਾ ਖਲੋਤਾ ਵੀ ਨਹੀਂ ਜਾਣਿਆ ਮੇਰੇ ਕੋਲ ਤਾਂ ਹੁਣ ਮੁੜ ਜਾਣੀ ਮੇਰੇ ਸਾਹਿਬ ਨਾਲ ਮੇਰੀ ਏਦਾਂ ਹੀ ਬੈਡ ਬੁੱਡ ਆ ਵੇਲੇ ਲੱਕੜ ਵੀ ਲੈਣ ਚ ਉਹ ਸਮਾਨ ਆਪਣਾ ਪਿਆ ਗਾਈਸ ਅੰਦਰ ਤੇ ਗਰਮੀ ਬਹੁਤ ਜ਼ਿਆਦੀ ਆ ਤੇ ਬਾਹਰ ਬੱਦਲ ਹੋਇਆ ਹਵਾ ਨਾਲ ਵਗਣ ਡੀ ਹੁਣ ਤਾਂ ਘੱਟ ਗਈ ਏਦਾਂ ਹਵਾ ਹਾਂਜੀ ਭੈਣ ਜੀ ਮੰਜ ਗਏ ਜੇ ਭਾਂਡੇ ਪੀਓ ਪੀਓ ਗਾਏ ਪੀਰ ਪਾਣੀ ਪੀਓ ਉੱਧਰ ਪਿਆਲਤਾ ਪਾਣੀ ਕਮਰੇ 'ਚ ਕਮਰਾ ਵੀ ਸਟੋਰ ਹੀ ਹੈਗੇ ਪਰ ਪੈਂਡੀ ਵਿੱਚ ਡੱਬੀਆਂ ਸਾਫ਼ ਕਰਨ ਲੱਗਾ ਸਾਫ਼ ਕਰਨ ਲੱਗਾ ਗੋਲਡ ਮੈਡਲ ਦੀ ਤਾਰ ਪਾਉਣੇ ਆ ਉਦਾਂ ਆਪਾਂ ਹੈਲ ਦੀ ਪਾਈ ਤੇ ਗੋਲਡ ਮੈਡਲ ਦੀ ਪਹਿਲੀ ਵਾਰ ਪਾਉਣੇ ਆ ਰਾਜਾ ਜੀ ਇਹ ਰਾਜਾ ਜੀ ਸਾਰੇ ਗਣੇਸ਼ ਨੇ ਗੰਦੇ ਆ ਇੱਥੇ ਠੀਕ ਆ ਉਦਾਂ ਗਰਮੀ ਨਹੀਂ ਲੱਗਣੀ ਹਾਲ ਗੁੰਮ ਜਾ ਕਮਰਾ ਵਾ ਕੀ ਹੋ ਗਿਆ ਵਾ ਡਿੱਗੇ ਜੇ ਮੀਂਹ ਆ ਗਿਆ ਵਾ
ਬੜਾ ਭੈਂਡ ਹੈ। ਲੜੀ ਗੱਲ ਹੀ ਕਹਿੰਦੇ ਲੈ ਮੈਂ ਕਿਹੜਾ ਇੱਥੇ ਕੋਲੀਆਂ ਕੱਢ ਕੇ ਪੀ ਲਾ ਬਹੁਤ ਫਰਾਉਣੀ ਚਾਹ ਇੱਥੇ ਚਾਹ ਪੀ ਉੱਠ ਕੇ ਤੇ ਫੇਰ ਹੀ ਕੰਮ ਕਰਨ ਲੱਗੇ ਆ ਚੱਲ ਗਏ ਪੌੜੀਆਂ ਪਾੜੀਆਂ ਤੇ ਮੈਂ ਤੇ ਚਾਹ ਪੀਣਾ ਨੀ ਆ ਇਹੀ ਪੀਂਦੇ ਚਾਹ ਤੁਸੀਂ ਕਹਿ ਲਈ ਇਹਨੇ ਬਿਸਕੁਟ ਘੱਟ ਘੱਟ ਖਾਧੇ ਆ ਚਾਹੀਦੀ ਬਾਬੇ ਦਾ ਵਿਆਹ ਵਾ ਅਸੀਂ ਚੱਲੇ ਹਾਂ ਦੂਜੀ ਜਗ੍ਹਾ ਕੰਮ ਕਰਨ ਸਾਨੂੰ ਕੰਮ ਪੈ ਗਿਆ ਤੁਹਾਨੂੰ ਜਾਣਾ ਪਿਆ ਸੇਖਵੀ ਹੁਣ ਸੇਖਵੀ ਚੱਲੇ ਹਾਂ ਝੜੀਆਂ ਮਾਰਨ ਥੋੜ੍ਹੀ ਜਿਹੀ ਝੜੀ ਮਾਰਨੀ ਸੀ ਨਾਲ ਰਾਜਵੀਰ ਇੱਧਰ ਵੇਲੋ ਸੈਟਲਮੈਂਟ ਚੰਗਾ ਆਹ ਚੰਗੇ ਰੁੱਖ ਰੁੱਖ ਰੱਖ ਲਾਇਆ ਜੀ ਇੱਥੇ ਹੈਨਾ ਘੈਂਟ ਹੀ ਗੱਲਬਾਤ ਬਣਾਈ ਆ ਮਾੜਾ ਮੋਟਾ ਚੇਤਾ ਕਿ ਨਹੀਂ ਚੇਤਾ ਵਾ ਮਾੜਾ ਮੋਟਾ ਰਾਹ ਗਾਈਸ ਆਪਾਂ ਗਲਤ ਰਾਹ ਪੈ ਗਏ ਸੀ ਹੁਣ ਮਿਹਨੇ ਆ ਕਿਹੜੇ ਰਾਹ ਜਾਣਾ ਵਾ ਇਹ ਹੋਰ ਕੇ ਬੰਨੇ ਆ ਕਿਉਂਕਿ ਬੰਬੀ ਦੇ ਨਿਕਲ ਗਏ ਸੀ ਆਪਾਂ ਤੇ ਆਹ ਚੰਗਾ ਕਹਿਣ ਗਏ ਨੇ ਬਣਾਏ ਹੈਲੋ ਗਾਈਸ ਹੁਣ ਅਸੀਂ ਮੇਨ ਰੋਡ ਤੇ ਚੜ੍ਹ ਗਏ ਹਾਂ ਛੇਤੀ ਅਸੀਂ ਬਾਬੇ ਦਾ ਵਿਆਹ ਆ ਅਤੇ ਵੇਖੋ ਪੁਲਿਸ ਥਾਂ ਥਾਂ 'ਤੇ ਖਲੋਤੀ ਆ ਚਾਲੂ ਕੀਤਾ ਕਿ ਨਹੀਂ ਹਾਂਜੀ ਬਸ ਛੇਤੀ ਅਸੀਂ ਆਪਣੇ ਕੰਮ 'ਤੇ ਪਹੁੰਚ ਚੱਲੇ ਹਾਂ ਜੀ ਗੱਡੀ ਗਾਇਬ ਥੱਲੇ ਲਾ ਲਈ ਉਹਨਾਂ ਨੇ ਇੱਕ ਵਜੇ ਚੁੱਕੀ ਗਈ ਹੈ ਜੀ ਹਾਂ ਥਾਂ 'ਤੇ ਲੰਗਰ ਲੱਗਿਆ ਜੀ ਸੰਤਾਂ ਨੂੰ ਲੰਗਰ ਪਕਾਏ ਜਾਣ ਡੇ ਆ ਨਾ ਨਾ ਭਰਾ ਵੀਡੀਓ ਸੁਣੀ ਬਣਾਉਣੇ ਕੋਈ ਗੱਲ ਨੀ ਮਾੜਾ ਜਿਹਾ ਬਾਹਰ ਵੀਡੀਓ ਕੋਈ ਚੱਕਰ ਨੀ ਆ ਇੱਧਰ ਤੇ ਕੰਮ ਨਿਬਰ ਗਿਆ ਪੈ ਗਿਆ ਪੈਪ ਕਿੱਲ ਵੀ ਲੱਗ ਗਈ ਚਲਾਇਆ ਪਾ ਇਹਦੀ ਤਾਰਾਂ ਇਕੱਠੀਆਂ ਕਰਦੀ ਤੀ
ਉੱਤੇ ਇੱਧਰ ਕੰਮ ਤੇ ਨਿਬੜ ਗਿਆ ਜੀ ਤੇ ਹੁਣ ਆਪਾਂ ਚੱਲੇ ਆ ਹੁਣ ਜਾ ਕੇ ਉੱਥੇ ਜਾ ਕੇ ਵੀ ਕੰਮ ਕਰਨਾ ਉਹ ਕਹਿੰਦੇ ਹਨ ਕਿ ਵਾਰ ਵਾਰ ਫੋਨ ਕਰੀ ਜਾਣ ਡੇ ਸੁੱਟਣਾ ਦੇ ਜੀ ਬਸ ਚੱਲ ਜਾ ਕਮਾਂਡੋ ਹੋਵਾਂਗੇ ਸਿੱਧੀ ਛਾਲ ਮਾਰਦੇ ਥੱਲੇ ਨੂੰ ਡਰਿੱਲ ਹਜੇ ਇਕੱਠੀ ਕਰਨੀ ਡਰਿੱਲ ਇਕੱਠੀ ਕਰਦੇ ਚੱਲੀਏ ਆਪਾਂ ਰੋਟੀ ਖਾਣ ਲੱਗੇ ਦੁਪਹਿਰ ਦੀ ਹੈ ਜੀ ਕੀ ਖਾਣੀ ਆਇਆ ਭਰਾ ਲਿਆ ਵਾ ਗਲਾਸ ਮੀਂਹ ਹਟ ਗਿਆ ਜੀ ਧੁੱਪ ਚੜ ਗਈ ਕਰਾਕੇ ਦੀ ਚੰਗੀ ਭਰੀ ਧੁੱਪ ਚੜੀ ਡੇ ਕੰਮ ਕਰਨ ਦੁਬਈ ਡੇ ਤਾਰਾਂ ਤੂੰ ਗਿਣ ਪੂਰੀਆਂ ਤਾਰਾਂ ਇਹਦਾ ਕੁੰਜਲ ਗੱਡਾਂ ਦੇ ਤਾਰਾਂ ਦੇ ਮੈਂ ਇਹਨਾਂ ਨੂੰ ਦੱਸਣਾ ਵੀ ਐਂ ਉਤਾਰਨ ਕੋ ਸਾਰੀਆਂ ਸੀਟਾਂ ਤਿਆਰ ਹੋ ਗਈਆਂ ਉੱਤੇ ਵੀ ਲਵਾਉਂਦੀ ਕੀ ਹੋ ਗਿਆ ਵਾ ਦਿਲ ਲੱਗਣ ਡਿਆ ਚਾਹ ਟਾਈਮ ਅੱਧੀ ਮਸੂਰੀ ਦੇ ਖੜੀ ਆਂਡੇ ਤਾਜ਼ਾ ਹੋ ਲੇ ਟੈਂ 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 ਇੱਧਰ ਰਸੋਈ ਚ ਸਾਰੇ ਉਹਦਾ ਤਾਰ ਪੈ ਗਈ ਉਦਾਂ ਧੁੱਪ ਪਹਿਲੋਂ ਮੀਂਹ ਆਉਣ ਡਿਆ ਹੁਣ ਧੁੱਪ ਚੜ ਗਈ ਹੈ ਸਿਆਪਾ ਖਾਨਾ ਤੁਹਾਨੂੰ ਕੀ ਹੋਇਆ ਚਾਹ ਥੋੜੀ ਮਿਲੀ ਆ ਭਾਵੇਂ ਇੱਥੇ ਆ ਕੇ ਬੈਠਾ ਚਾਹ ਪੀਣ ਇੱਥੇ ਆਇਆ ਜੀ ਉਹ ਮੇਰੇ ਨਾਲ ਠੰਡੀ ਹੋ ਗਈ ਹੋਣੀ ਹੈ ਤੁਹਾਨੂੰ ਪਤਾ ਜੀ ਚਾਹ ਪੀਣੇ ਨਹੀਂ ਹੈ ਤੇਰੀ ਜੀ ਜਿਮ ਵਾਲੇ ਬੰਦੇ ਦੁੱਧ ਪੀਣ ਵਾਲੇ ਗਾਈ ਸਾਨੂੰ ਲਿਆ ਬਹੁਤ ਹੋ ਗਿਆ ਇੱਥੇ ਚੱਲੇ ਬਸ ਘਰ ਨੂੰ ਹੁਣ ਅਸੀਂ ਸੋਚਿਆ ਕੰਮ ਮੁਕਾ ਵੀ ਜਾਵਾਂਗੇ ਪਰ ਨਹੀਂ ਕੰਮ ਮੁੱਕਣਾ ਹਾਲੀ ਮੁੱਕਣਾ ਜੀ